ਵਿੱਚ ਹਸ਼ਰ 2 ਆਏਗੀ ਅਜਿਹਾ ਸੁਣਨ ਨੂੰ ਮਿਲਿਆ ਤਕਰੀਬਨ ਲਿਖੀ ਜਾਂਦੇ ਆ ਆਜੂਗੀ ਅੱਜ ਤੋਂ ਕੁਝ ਸਾਲ ਪਹਿਲਾਂ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਈ ਸੀਗੀ ਇੱਕ ਫਿਲਮ ਜਿਸ ਦਾ ਨਾਮ ਸੀ ਹਸ਼ਰ ਵਿੱਚ ਨਜ਼ਰ ਆਏ ਸਨ ਮਾਨਾ ਦੇ ਮਾਨ ਬੱਬੂ ਮਾਨ ਇਸ ਫਿਲਮ ਨੂੰ ਲੋਕਾਂ ਨੇ ਕਾਫੀ ਜ਼ਿਆਦਾ ਪਸੰਦ ਕੀਤਾ ਉਸ ਤੋਂ ਬਾਅਦ ਲੋਕ ਉਡੀਕ ਕਰ ਰਹੇ ਸਨ ਕਿ ਕਦ ਹਸ਼ਰ 2 ਆਵੇਗੀ ਹਾਲ ਹੀ ਦੇ ਵਿੱਚ ਬੱਬੂ ਮਾਨ ਦੀ ਫਿਲਮ ਬਨਚਾਰਾ ਰਿਲੀਜ਼ ਹੋਈ ਹੈ ਜਿਸ ਦੇ ਵਿੱਚ ਬੱਬੂ ਮਾਨ ਦੇ ਤਿੰਨ ਤਿੰਨ ਕਿਰਦਾਰ ਦੇਖਣ ਨੂੰ ਮਿਲੇ ਨੇ ਅਤੇ ਜਦ ਬੱਬੂ ਮਾਨ ਤੋਂ ਐਕਸਕਲੂਸਿਵ ਇੰਟਰਵਿਊ ਦੇ ਦਰਮਿਆਨ ਪੁੱਛਿਆ ਗਿਆ ਕਿ ਬਨਚਾਰਾ ਫਿਲਮ ਲਿਆਉਣ ਦੇ ਵਿੱਚ ਇੰਨਾ ਟਾਈਮ ਕਿਉਂ ਲੱਗਿਆ ਅਤੇ ਹਸ਼ਰ 2 ਕਦ ਆਏਗੀ ਤਾਂ ਦੇਖੋ ਬੱਬੂ ਮਾਨ ਨੇ ਕੀ ਕਿਹਾ ਪਰ ਜੇਕਰ ਗੱਲ ਕਰੀਏ ਕਿ ਕਾਫੀ ਲੰਬਾ ਸਮਾਂ ਲੈ ਲਿਆ ਤੁਸੀਂ ਇਸ ਬਨਚਾਰਾ ਨੂੰ ਲੈ ਕੇ ਆਉਣ ਦੇ ਵਿੱਚ ਇਸ ਤਾਂ ਕਿਉਂ ਦੇਖੋ ਜ਼ਿੰਦਗੀ ਦੀ ਜਿਹੜੀ ਜਿਹੜਾ ਰਾਹ ਬੜਾ ਲੰਬਾ ਹੈ ਇਹ ਭੱਜਿਆ ਮੁੱਕਣਾ ਨਹੀਂ ਸਹਿਜੇ ਸਹਿਜੇ ਕੰਮ ਕਰੋ ਮੈਨੂੰ ਜਦੋਂ ਕੋਈ ਚੀਜ਼ ਪਸੰਦ ਆਉਂਦੀ ਹੈ ਕਹਾਣੀ ਫਿਰ ਮੈਂ ਹਾਂ ਕਰਦਾ ਨਹੀਂ ਮੈਂ ਕਰਦਾ ਨਹੀਂ ਸੁਣਨ 'ਚ ਐਸੇ ਕਿਹਾ ਕਿ ਮੁਸ਼ਤਾਕ ਪਾਸ਼ਾ ਨੇ ਕਾਫੀ ਜ਼ੋਰ ਲਗਾਇਆ ਤੁਹਾਨੂੰ ਮਨਾਉਣ 14 ਸਾਲ ਲੱਗ ਗਏ ਉਹਨੂੰ ਮੰਨੇ ਕਿਵੇਂ ਉਹ ਮੈਨੂੰ ਲੱਗਦਾ ਇੱਕ ਵਾਰੀ ਮੈਨੂੰ ਮਿਲਿਆ ਸੀ ਉਦੋਂ ਹੀ ਬਸ ਸਿੱਖ ਨਾ ਅਤੇ ਅਸੀਂ ਕੌਫੀ ਹਾਊਸ ਬਾਰਿਸਤਾ ਹੈ ਲੋਖੰਡ ਵਾਲਾ ਕੋਰਨਰ ਜੇ 'ਤੇ ਆ ਉਹਦਾ ਘਰ ਸਾਹਮਣੇ ਸੀ ਅਤੇ ਉਹ ਮੈਨੂੰ ਮਿਲਣ ਆਇਆ ਸੀ ਕਹਿੰਦਾ ਮੇਰੀ ਤਮੰਨਾ ਭਾਅ ਜੀ ਮੈਂ ਬਹੁਤ ਸਾਲ ਹੋ ਗਏ ਹੁਣ ਤਾਂ ਮੈਂ ਕਿਹਾ ਯਾਰ ਤੂੰ ਕਿਸੇ ਹੋਰ ਨਾ ਬਣਾ ਲਿਆ ਇੰਨੇ ਅਦਾਕਾਰ ਆ ਹੁਣ ਤਾਂ ਨਵੇਂ ਮੁੰਡਿਆਂ ਨੂੰ ਚਾਂਸ ਦੇ ਨਵੇਂ ਜਿਹੜੇ ਥੀਏਟਰ ਵਾਲੇ ਉਹ ਜਿੱਦ ਫੜ ਗਿਆ ਫਿਰ ਉਹਨੇ ਕਹਾਣੀਆਂ 2-3 ਸੁਣਾਈਆਂ ਮੈਨੂੰ ਸਮਝ ਨਹੀਂ ਆਈਆਂ ਫਿਰ ਮੈਂ ਕਿਹਾ ਤੂੰ ਇਹਦੇ 'ਤੇ ਕੰਮ ਕਰ ਧੀਰਜ ਨੇ ਫਿਰ ਇਹ ਕਹਾਣੀ ਨੂੰ ਅੱਗੇ ਤਣਿਆ ਬਾਕੀ ਉਹ ਮੁੰਡਾ ਸਾਡਾ ਮਾਵੀ ਸੀ ਉਹਨੇ ਡਾਇਲਾਗ ਲਿਖੇ ਸਾਡਾ ਸੱਜਣ ਸੀ ਰਾਜੇਸ਼ ਉਹ ਵੀ ਨਾਲ ਸੀ ਉਹ ਇੱਦਾਂ ਬਣ ਗਿਆ ਪ੍ਰੋਜੈਕਟ ਪਾਸ਼ੇ ਲਈ ਬੜੀ ਅੱਛੀ ਉਹ ਹੈ ਦੇਖੋ ਮੇਰਾ ਕੰਮ ਗਾਉਣਾ ਤੋ ਮੈਂ ਫਿਲਮਾਂ ਉੱਦਾਂ ਕਰ ਲੈਣਾ ਮੇਰਾ ਮੇਨ ਕੰਮ ਗਾਉਣਾ ਸੋ ਇਹ ਡਾਇਰੈਕਟਰ ਦੀ ਜ਼ਿੰਦਗੀ ਅਤੇ ਕੈਰੀਅਰ ਫਿਲਮ 'ਤੇ ਖੜ੍ਹਾ ਹੁੰਦਾ ਅੱਛੀ ਫਿਲਮ ਦਊਗਾ ਤਾਂ ਅੱਗੇ ਮਿਲਣਗੀਆਂ ਮੇਰਾ ਕੀ ਮੈਂ ਤਾਂ ਜੇ ਜੀ ਕਰੂੰਗਾ ਕਰ ਲੂੰ ਫਿਰ ਸੋ ਜੇਕਰ ਗੱਲ ਕਰੀਏ ਆਉਣ ਵਾਲੇ ਟਾਈਮ ਦੇ ਵਿੱਚ ਹਸ਼ਰ 2 ਆਏਗੀ ਅਜਿਹਾ ਸੁਣਨ ਨੂੰ ਮਿਲਿਆ ਤਕਰੀਬਨ ਲਿਖੀ ਜਾਂਦੇ ਆ ਆਜੂਗੀ ਫਿਲਹਾਲ ਤੁਹਾਨੂੰ ਬੱਬੂ ਮਾਨ ਦੀ ਹਸ਼ਰ 2 ਦਾ ਕਿੰਨਾ ਕੁ ਇੰਤਜ਼ਾਰ ਹੈ ਸਾਨੂੰ ਆਪਣੀ ਰਾਏ ਜ਼ਰੂਰ ਦੱਸਿਓ